जी अस्सलाम वालेकुम एंड वेलकम बैक टू अनदर ज़की व्लॉग। तो गाइस अगर अभी तक आपने ज़की व्लॉग गैंग को नहीं ज्वाइन किया तो जल्दी से इसको ज्वाइन कर लो। नीचे आपको लाल कलर का सब्सक्राइब का बटन दिख रहा होगा, उसको दबा के बेल वाले आइकन को आप प्रेस कर दो। अब पीछे बात सुन रहे हो ज़की पैंपर है ना, मेरा व्लॉग वेल है जो मैं तो सिर्फ दिन मेरा सही हस किया सारे बच्चे उदू मिले थे मैंने सारे ज़की पैंपर लगे रहे मेरे। अगर तुमने वीडियो नहीं देखी मैं साइड पर लगा दाँगा तो देखी हुआ है पैंपर है ना, मैंने पूरे बाजार चराया पैंपर बना के। उम्मीद करना गाइस तुसी सही होवोगे ते सही रहो। ते गाइस दो मिनट बस सिर्फ दो मिनट वेट करो, मैं तुहानू दसना अज्ज दा सीन की है। बस दो मिनट दे दो मैनू। 2 minutes later तो गाइस आज का हमारा सीन ये है कि अभी तो फिलहाल हम जा रहे हैं, पहले इनकी गाड़ी है वो आगे पीछे करनी है। इनके हमारी गाड़ी पीछे खड़ी होती है, आपने पिछले व्लॉग में देखा वो जब हम गैराज की सफाई करने गए थे हमारी एंड पे खड़ी थी, आपने देखा ही होगा अगर आपने व्लॉग देखा तो। और जो सी इनकी गाड़ी है इसके उसके आगे हमारी हमारे आगे इनकी गाड़ी खड़ी थी बाइक की, ये मेरा कज़न है। तो पहले जाके इनकी गाड़ी आगे पीछे करनी है, फिर मैं आपको बताऊँगा कि आज हमने करना क्या है, बल्कि मैं उधर जाके आपको बताऊँगा कि आज हमने करना क्या है, ये वो सिस्टम बना है। ये बड़ा मज़ेदार व्लॉग होने लगा है गाइस। ये खच भी हमारे साथ जा रही है, मेरा छोटा भाई है, खच नहीं है इसको किसी ने खच नहीं बोला कमेंट। ये मेरा प्यारा भाई है, कितना प्यारा है। तो चलो बैठो उधर मान ऊपर आओ ओ अली समान, सॉरी अली समान, बैठो बैठो बिस्मिल्लाह करके चलिए सीधा गैराज। लो जी गाइस असं इतने आ चुके हैं, हूँ अली समान भाई दरवाज़ा खोल रहे हैं। तो गाइस मैं ना तुम्हें दसना अभी करना की असी करना कुछ हैं जे कि अली समान वाले से प्रैंक करना है, ठीक है। गियर चेक कर लिया मैं कि मारी ना है ना, ਗੱਡੀ ਲੈ ਕੇ ਨਾ ਜਾਣੀ ਹੈ, ਇਹਨੂੰ ਬੜਾ ਗੁੱਸਾ ਚੜਦਾ ਚਿੜਚਿੜਾਈ ਹੈ, ਸ਼ੂਗਰ ਵੇਖੇ ਬਸ ਆਈ ਖੋਲ ਲਿਆ ਬੂਹਾ ਜਲਦੀ ਕਰ, ਇਹ ਸਾਡੀ ਗੱਡੀ ਹੈ ਪਿੱਛੇ ਖਲੋਤੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਉਹ ਅੱਗੇ ਖਲੋਤੀ ਹੈ ਅਲੀ ਸਮਾਨ ਉਹਨਾਂ ਦੀ ਗੱਡੀ, ਉਹ ਤੋਂ ਅੱਗੇ ਖਲੋਤੀ ਹੈ ਮੇਰੇ ਅੰਕਲ ਦੀ ਗੱਡੀ। ਅਤੇ ਅੱਜ ਇਹਨਾਂ 'ਚ ਪਹਿਲੇ ਇਹਨੂੰ ਪਿੱਛੇ ਕਰਨਾ ਵੇ, ਫਿਰ ਉਹਨੂੰ ਬਾਹਰ ਕੱਢਣਾ ਵੇ, ਫਿਰ ਇਹਨੂੰ ਵਾਪਸੀ ਵਾੜਨਾ, ਫਿਰ ਉਹਨੂੰ ਇਹਨੂੰ ਉਹਨੂੰ ਫਿਰ ਉਹਨੂੰ ਵਾਪਸੀ ਵਾੜਨਾ, ਇਹ ਕੰਮ ਕਰਨਾ ਅੱਜ ਅਸੀਂ। ਗਰਮ ਕਰ ਜਲਦੀ ਕਰ, ਫਿਰ ਆਉਣਾ ਮੈਂ ਜਲਦੀ ਕਰ ਜਲਦੀ ਕਰ। ਸਾਨੂੰ ਆਉਣਾ ਇਸ ਤਰ੍ਹਾਂ ਨਹੀਂ ਕਰੀਦਾ, ਗਾਈਜ਼ ਇਹ ਵੇਖੋ ਇਹ ਬਾਲਾ ਪਤਾ ਨਹੀਂ ਕਿਵੇਂ ਥੱਲੇ ਟੈਪ ਪਿਆ, ਇਹਦੇ ਉੱਤੇ ਸੀ ਇਹ ਇੱਕ ਹੈ ਉਹ ਟੁੱਟਿਆ ਨਾ ਪਿਛਲਾ ਜਿਹੜਾ ਮੈਂ ਤੁਹਾਨੂੰ ਆਇਆ ਸੀ, ਅਤੇ ਉਹਦੇ ਬਾਅਦ ਇਹਦੇ ਪਤਾ ਨਹੀਂ ਉੱਤੇ ਵੱਜਿਆ ਕਿ ਨਹੀਂ ਵੱਜਿਆ, ਵੇਖਦੇ ਹਾਂ ਉੱਤੇ ਡੈਂਟ ਸ਼ੈਂਟ ਤਾਂ ਨਹੀਂ ਨਾ ਪਿਆ। ਬਸ ਬਸ ਸ਼ੁਕਰ ਅੱਲਾ ਪਾਕ ਦਾ ਗੱਡੀ ਬਚ ਗਈ ਹੈ, ਕੋਈ ਡੈਂਟ ਸ਼ੈਂਟ ਨਹੀਂ ਪਿਆ। ਬਾਲੇ ਨੂੰ ਸੈੱਡ ਤਾਂ ਕਰੋ ਨਾ, ਬਾਲਿਆ ਤੇਰੀ ਪੈਣ ਆਪੇ ਕੱਢੇਗਾ ਸਾਰੇ ਸਮਾਨ, ਖੁਦ ਹੀ ਕੱਢੇਗਾ ਕਿ ਮੈਂ ਕੱਢਾਂ, ਗਰਮ ਕਰ ਦੇਣਾ ਫਿਰ ਮੈਂ ਕੱਢਣਾ, ਪਹਿਲੇ ਉਹ ਕੱਢ ਲਾਂਗਾ।
ਅੰਨੀ ਦੇ ਉਹਨੇ ਬਾਈ ਸਾਨੂੰ ਬੁਲਾਉਣਾ ਵਾਲਾ ਸੀ, ਮੈਂ ਆ ਗਿਆ ਵਾਂ ਮੋਟੀ ਕਰਨਾ ਸਰ ਜਲਦੀ ਜਲਦੀ ਗਰਮ ਕਰਦੇ ਗੱਡੀ, ਫਿਰ ਗੱਡੀ ਕੱਢਣਾ ਸਮਾਨ ਬਰੈਕ ਸ਼ੁਰੂ ਕਰਦੇ ਬੰਦ ਸ਼ੀਸ਼ਾ ਸ਼ੁਕਰ ਕੁਛ ਸੁਣਿਆ ਨਹੀਂ ਬਸ ਨਹੀਂ ਆ ਰਹੀ ਉਹ ਬਾਅਦ ਆ ਗਈ ਹਾਈ ਫਾਈ ਗੱਡੀ ਹੈ ਹਾਈ ਫਾਈ ਗੱਡੀ ਹੈ ਸਕਰੀਨ ਵੀ ਹੈ ਸਾਡੀ ਗੱਡੀ ਦੇ ਏ ਸੀ ਵੀ ਨਹੀਂ ਹੈ ਸਕਰੀਨ ਵੀ ਨਹੀਂ ਹੈ ਅਤੇ ਏ ਸੀ ਛੇ ਸੀ ਵੀ ਚੱਲਦੇ ਨੇ ਓਂਡਾ ਦੀ ਗੱਡੀ ਵਾਹ ਜੀ ਵਾਹ ਗੱਲ ਆਪਣੀ ਗੱਡੀ ਮੈਂ ਕੱਢ ਲਈ ਆਉਣ ਵਾਲੀ ਸਮਾਨ ਉਹ ਵਾਲੀ ਗੱਡੀ ਕੱਢਦਾ ਪਿਆ ਅਤੇ ਤੂੰ ਤਾਂ ਬੰਦ ਹੋ ਨਾ ਉਹ ਗੱਡੀ ਕੱਢਦਾ ਫਿਰ ਆਪਣੀ ਵਾਪਸੀ ਵਾੜਨੇ ਆ ਵਾਪਸੀ ਵਾੜ ਕੇ ਫਿਰ ਉਹਨੂੰ ਆਖਣੀ ਤਾਲਾ ਮਾਰ ਤਾਲਾ ਮਾਰਨ ਜਾਏਗਾ ਨਾ ਕਿ ਗੱਡੀ ਲੈ ਕੇ ਨਿਕਲ ਜਾਂਦੀ ਬਾਅਦ ਕਰਦਾ ਪੂਰੀ ਆਵਣ ਦੇ ਚੱਲ ਜਾਵਾਂ ਦੇ ਅੱਗੇ ਬਸ ਠੀਕ ਹੈ ਤੁਹਾਨੂੰ ਆਪਣੀ ਗੱਡੀ ਵਾਪਸੀ ਵਾੜਨੇ ਚਲ ਵਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਛੇ ਭਾਈ ਹੋਰ ਜੀ ਚਾਚੂ ਆ ਗਏ ਨੇ ਅੱਗੇ ਰਿਸ਼ਕਾ ਆ ਗਿਆ ਚਲੋ ਜੀ ਆਏ ਹਾਏ ਹਾਏ ਆਪਣੀ ਗੱਡੀ ਅੰਦਰ ਕਰ ਦਿੱਤੀ ਖੜੀ ਹੈਂ ਲਾ ਯਾਰ ਤੂੰ ਲਾਕ ਲਾ ਨਜ਼ਰ ਵਾਲੀ ਸਮਾਨ ਪ੍ਰੈਂਕ ਸ਼ੁਰੂ ਕਰਾਂ ਅਤੇ ਸਮਾਨ ਗੱਡੀ ਲੈ ਕੇ ਬਾਹਰ ਚਲਦੇ ਅੱਜ ਚੱਲਿਆ ਕਰਾਂ ਹੈਂ ਹੈਂ ਤੁਹਾਡੀ ਗੱਡੀ ਸਟਾਰਟ ਸਾਡੀ ਬੰਦ ਹੈ ਤੁਹਾਡੀ ਸਟਾਰਟ ਹੈ ਸਾਡੀ ਅੱਗੇ ਵਾਲੀ ਸਟਾਰਟ ਹੈ ਜਿਹੜੀ ਅੰਕਲ ਦੀ ਨਹੀਂ ਉਹ ਸਟਾਰਟ ਹੈ ਜਾਂ ਬੰਦ ਕਰ ਗਿਆ ਗੱਡੀ ਬੰਦ ਕਰ ਗਿਆ ਹੁੰਦੀ ਬ੍ਰੇਕ ਫੜਨਾ ਗੱਡੀ ਲੈ ਕੇ ਨਿਕਲੋ ਕਿੱਧਰ ਗਿਆ ਕਿੱਧਰ ਗਿਆ ਆਇਆ ਨਾ ਕੋਈ ਹੈ ਉੱਧਰ ਉੱਤੇ ਮਿੱਟੀ ਦੇ ਵਿੱਚ ਨਹੀਂ ਚਾੜਦਾ ਆਇਆ ਕੋਈ ਨਹੀਂ ਹਜੇ ਤੱਕ ਆਉਂਦੀ ਪਿਆ ਆਉਂਦੀ ਪਿਆ ਉੱਧਰ ਰਿਕਸ਼ੇ ਹੀ ਹੈ ਰਿਕਸ਼ੇ ਦੀ ਹੈਰ ਮੇਰੇ ਸਾਈਡ 'ਤੇ ਲਾਈਏ ਆਉਂਦਾ ਨਹੀਂ ਪਿਆ ਆਉਂਦਾ ਨਹੀਂ ਪਿਆ ਆਈ ਆਈ ਦੌੜ ਕੇ ਆਈ ਦੌੜ 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 ਬੋਲ ਕੀ ਹੋਏ ਕੀ ਕਰਨਾ ਜਾ ਟੁਰ ਜਾ ਰੇਂਜ ਹੋ ਗਈ ਪਹੁੰਚੀ ਉਹ ਤੇ ਰੇਂਜ ਹੋ ਗਿਆ ਉਹ ਰੇਂਜ ਹੋ ਗਈ ਉਹ ਜਾਂਦੀ ਪਿਆ ਗੱਡੀ ਮੋੜੋ ਗੱਡੀ ਮੋੜੋ ਬ੍ਰੇਕ ਦਬਾ ਕੇ ਡਰਾਈਵ ਤੇ ਚਲੋ ਜੀ ਉੱਥੋਂ ਅੱਗੋਂ ਮੋੜ ਲੈਣਾ ਉਹ ਰੱਖਿਆ ਦੇ ਸਾਹਮਣੇ ਜਿਹੜੀ ਗੱਲੀ ਪੈਂਦੀ ਹੈ ਗੱਡੀ ਮੋੜ ਕੇ ਵਾਪਸ ਚਲੀ ਬ੍ਰੇਕ ਮਾਰੀ ਹੋਣਾ ਇੱਥੋਂ ਹੀ ਚੱਲਣੇ ਯਾਰ ਮੋੜ ਕੇ ਵੈਨ ਦੀ ਸੀਰੀ ਮਾਰਾਂ
ਇੱਕ ਹੈ ਭੈਣ ਨੂੰ ਸਿਆਪਾ ਹੀ ਹੁੰਦਾ ਜੀ ਇਹਨਾਂ ਦਾ, ਇਹਨਾਂ ਗੱਡੀਆਂ ਦਾ ਵੀ ਨਾ ਵੱਡੀ ਗੱਡੀ 'ਚ ਬਹਿ ਕੇ ਸ਼ੋ ਹੋ ਕੇ ਕਿਹੜੀ ਗੱਲ ਹੈ, ਇਹਨੂੰ ਸਟੀਅਰਿੰਗ ਬੜੇ ਕਮਾਲ ਦਾ ਘੁੰਮਦਾ ਬਾਬਾ ਜੀ, ਇਹ ਤਾਂ ਗੱਲ ਹੈ ਤਾਂ ਇਹ ਤਾਂ ਇੰਡੀਆ ਤੇਰੀ ਖੈਰ ਬਿਲਕੁਲ ਰਾਮ ਰਾਮ ਨਾਲ ਬ੍ਰੇਕ ਮਾਰੀ ਉਹ ਫੁੱਲ ਉਸ ਟੁਰ ਗਈ ਇਹ ਬੱਚੇ ਵੇਖ ਕੇ ਹੱਸਦੇ ਨੀ ਵੇ ਵਰੀਆਂ ਸ਼ੈਵਾਂ ਨੇ ਜੂੰਗਾਂ ਜੀਆਂ ਮੇਰਾ ਪੁੱਤਰ ਪਾਸ ਉਹ ਬੈਠੀ ਕਿੱਡਾ ਸੀਰੀਅਸ ਹੋ ਕੇ ਬੈਠੀ ਕਿਆ ਇਧਰ ਆ ਟਿਕਾ ਨੂੰ ਟਿਕਾ ਨਹੀਂ ਆਇਆ ਕੋਈ ਮਜ਼ਾਕ ਹੈ ਕੇ ਮਜ਼ਾਕ ਹੀ ਹੈ ਜਿੱਦ ਤਲੇਗਾ ਮੈਂ ਕੋਈ ਮਜ਼ਾਕ ਹੈ ਆਹੋ ਕਿਉਂ ਗੱਡੀ ਲੈ ਕੇ ਗਿਆ ਤੈਨੂੰ ਮਸਲਾ ਆਹੋ ਤੇਰੀ ਗੱਡੀ ਹੈ ਆਹੋ ਆਹੋ ਦੰਦ ਕਿਉਂ ਕੱਢਣਾ ਪਿਆ ਦੰਦ ਕੱਢਣਾ ਪਿਆ ਯਾਰ ਨਾਲ ਨਾਲ ਰੋਂਦੇ ਹੀ ਨਾਲ ਦੰਦ ਕੱਢਦਾ ਯਾਰ ਕੀ ਯਾਰ ਤੇਰਾ ਸ਼ੁਗਰ ਲੱਗੀ ਹੈ ਕੀ ਅਜਾ ਉਰਾ 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 ਓਏ ਕਿੱਥੇ ਆ ਗਈ ਬਲਾ ਜੀ ਕੀ ਆ ਰੋਣਾ ਕਿਉਂ ਪਿਆ ਲੈ ਗਏ ਤੇ ਫੇਰ ਕੀ ਕਿਉਂ ਲੈ ਗਏ ਯਾਰ ਯਾਰ ਤੂੰ ਰੋਣ ਨਾਲ ਜਿੰਦਗੀ ਅਸੀਂ ਵੀ ਥੋੜੇ ਸ਼ਸ਼ਕੇ ਕਰ ਲਈਏ ਗੱਡੀ ਤੇ ਅਸੀਂ ਚੋਰੀ ਕੀਤੀ ਤੇਰੀ ਗੱਡੀ ਤੁਸੀਂ ਲੈ ਕੇ ਭੱਜ ਗਏ ਹੋ ਭਾਈ ਐ ਮੈਂ ਵਲੌਗ ਕਿਉਂ ਬਣਾ ਰਿਹਾ ਇਹ ਗੱਲ ਦੱਸ ਮੈਨੂੰ ਤੂੰ ਤੇ ਆਂ ਦਾ ਵਲੌਗ ਬਣਾ ਰਿਹਾ ਆਇਆ ਵੀ ਹੈ ਆਂ ਦਾ ਵਲੌਗ ਬਣਾ ਤੇ ਮੈਂ ਪਤਾ ਕੀ ਕੀਤਾ ਤੇਨਾਂ ਅੱਛਾ ਐ ਮੈਂ ਤੇਨਾਂ ਪ੍ਰੈਂਕ ਕੀਤਾ ਵਾਹ ਕੀ ਐਕਟਿੰਗ ਕਰ ਰਿਹਾ ਕਿੱਡਾ ਸੀਰੀਅਸ ਹੀ ਚਵਲ ਜਿਹਾ ਤੇਰਾ ਪੁੱਤਰ ਹੋ ਗਿਆ ਪ੍ਰੈਂਕ ਸਮਝ ਆਈ ਆ ਤੇਰੇ ਨਾਲ ਅਸੀਂ ਪ੍ਰੈਂਕ ਕੀਤਾ ਕਜ਼ਨ ਕੀ ਗਾੜੀ ਚੋਰੀ ਕਰ ਲਈ ਪ੍ਰੈਂਕ ਵਿਦ ਕਜ਼ਨ ਚੱਲ ਅੰਦਰ ਆਏਗਾ ਮੈਂ ਅੰਦਰ ਗੱਡੀ ਕਰਾਂਗਾ ਤੂੰ ਆਪ ਕਰ ਲੈਂਗਾ ਮੈਂ ਕਰ ਲੈਂਗਾ ਅੱਛਾ ਮੈਂ ਲੈਣਾ ਤੂੰ ਅੰਦਰ ਗੱਡੀ ਕਰ ਲੈ ਠੀਕ ਹੈ ਰੋਣ ਤਾਂ ਨਹੀਂ ਲੱਗਾ ਉਹ ਭੈਣ ਦੀ ਸੀਰੀਅਸ ਦੀ ਕੱਢ ਲੈਦਾ ਰੋਣ ਤਾਂ ਨਹੀਂ ਲੱਗਾ ਹੁਣ ਰੋਣ ਤਾਂ ਨਹੀਂ ਲੱਗਾ ਨਹੀਂ ਯਾਰ ਭਰਾ ਦੇ ਨਾਲ ਲੈ ਜਾਂ ਕਰ ਲਈਦਾ ਕੋਈ ਨਹੀਂ ਹੁੰਦਾ ਐਨੀ ਕਰ ਲਈ ਕਰਦਾ ਮੂੰਹ ਵੇ ਤੇ ਹੁਣ ਭਰਾ ਦੇ ਨਾਲ ਚਮਕ ਕੇ ਬੈਕ ਹੋ ਰਿਹਾ ਇੱਕ ਮਿੰਟ ਬੰਦ ਤੇ ਕਰਨ ਨਹੀਂ ਚਲੋ ਲਓ ਬੰਦ ਕਰ ਗੱਡੀ ਬਸ ਹੋ ਗਿਆ ਨਾ ਬ੍ਰੈਕ ਤੁਹਾਡਾ ਅਸੀਂ ਛੱਡਾ ਮਾਰਨੀ ਯਾਰ ਯਾਰ ਇੱਕ ਮਿੰਟ ਸਬਰ ਤੇ ਕਰ ਛੱਡ ਲੋਕ ਹੋ ਗਈ ਲੱਕ ਕਰ ਲੱਕ ਹੀ ਬੰਦੀ ਆ ਲੱਗ ਹੋ ਗਈ ਆ ਨਹੀਂ ਇਹ ਨਹੀਂ ਅੰਨੀ ਤੇ ਉਤੋਂ ਦਈ ਓ ਸੋਰੀ ਬਾਈ ਸੋਰੀ ਯਾਰ ਸਾਨੂੰ ਅਸੀਂ ਕਦੇ ਬੈਠੇ ਨਹੀਂ ਸਾਨੂੰ ਪਤਾ ਨਹੀਂ ਸੋਰੀ ਆ ਸ਼ੀਸ਼ੇ ਲਾ ਕਾ ਸੜੇ ਨਹੀਂ ਉਹਨੂੰ ਫਿਰ ਖੋਲ ਓ ਸੋਰੀ ਆ ਸ਼ੀਸ਼ੇ ਲਾਕ ਹੁੰਦਾ ਇਹਦੇ ਨਾਲ ਮਿਸਤਰੀ ਕਰਦਾ ਯਾਰ ਕਹਿ ਕੇ ਸਾਡੀ ਬੂਹਾ ਖੋਲ ਗੱਡੀ ਜਦੋਂ ਸਾਡਾ ਟਾਈਮ ਆਏਗਾ ਨਾ ਇੰਨੀਆਂ ਇੰਨੀਆਂ ਚੋਰ ਗੱਡੀਆਂ ਹੋਣੀਆਂ ਨਾ ਸਾਡੀ ਇਨਸ਼ਾ ਅੱਲਾ ਤਾਲੀ ਮਾਰ ਜਾ ਗਰੋਡ ਦੀ ਗੱਡੀ ਹੋ ਰਹੀ ਹੈ ਸਾਡੇ ਕੋਲ ਗੱਡੀ ਵਾੜ ਕੇ ਤੇ ਫਿਰ ਘਰ ਨੂੰ ਚੱਲਣਾ ਜਿਹਾ ਸਾਡਾ ਪ੍ਰੈਂਕ ਹੈ ਚਸ ਆਈਏ ਕਿ ਨਹੀਂ ਮਜ਼ਾ ਆਇਆ ਕਿ ਨਹੀਂ ਯਾਰ ਮੰਦ ਬੜਾ ਮਜ਼ਾ ਆਇਆ ਤੈਨੂੰ ਆਇਆ ਕਿੱਕਾ ਮਜ਼ਾ ਬਹੁਤ ਮਜ਼ਾ ਮੰਦ ਬੜਾ ਮਜ਼ਾ ਆਇਆ ਬੁਆ ਵੇ ਹੈ ਕੀ ਆ ਓਏ ਉਹ ਸਾਈਡ ਵਾਲਾ ਬਟਨ ਦਬਾ ਕੋਨੇ 'ਚ ਗੋਲ ਜਿਹਾ ਬਟਨ ਹੈ ਐ ਐਂਡ ਤੇ ਕੋਨ ਐ ਉਹਨੂੰ ਦਬਾ ਕੇ ਰੱਖ ਆ ਭੈਣ ਦੀ ਸਿਰੀ ਆ ਦੀ ਅੱਗੇ ਯਾਰ ਅੱਗੇ ਉਂਗਲੀ ਕਰ ਐ ਅੱਗੇ ਇਸ ਤੋਂ ਅੱਗੇ ਗੋਲ ਓਏ ਇਸ ਤੋਂ ਅੱਗੇ ਗੋਲ ਹੀ
ਐ ਵਾਲੇ ਚੱਲ ਹੁਣ ਨਾ ਜਾ ਅੱਛਾ ਠੀਕ ਹੈ ਤੂੰ ਕੀ ਕਰ ਓਏ ਬੰਦ ਕਰ ਨਾ ਲੱਗੇ ਨਹੀਂ ਓਏ ਸ਼ੀਸ਼ੇ ਨਹੀਂ ਨਾ ਕਰ ਲੈਣਾ ਯਾਰ ਤੁਸੀਂ ਬਿਸਤੀ ਕਰ ਰਹੇ ਦੋਵੇਂ ਤੈਨੂੰ ਕਿਹੜਾ ਚਲਾਣੀ ਓਏ ਇੱਧਰ ਰੱਖ ਚੱਲ ਗੱਡੀ ਨਾ ਮੋਰੀ ਪੁੱਛੀਏ ਬੜੀ ਮਹਿੰਗੀ ਆ ਦੇਖੋ ਬਹੁਤ ਹੀ ਬੁੜੀਆਂ ਦੀਆਂ ਟੌਪ ਕਲਾਸ ਬਸ ਦਾਨੇ ਪੂਰਾ ਲਿਆ ਚਲੋ ਗਾਇਜ਼ ਵਲੌਗ ਹੋ ਗਿਆ ਪਤ ਖਾਓ ਛੋਟਾ ਭਰਾ ਛੋਟਾ ਬਣ ਕਰ ਨਿੱਕਾ ਵੇ ਤੂੰ ਕਿੰਨੀ ਉਮਰ ਹੈ ਤੇਰੀ ਚਲੋ ਜੀ ਬਿਸਮਿਲਲਾਹ ਰਹਿਮਾਨ ਰਹਿਮ ਲੈਟ ਮੈਂ ਬੰਦ ਕਰਨੀ ਆਟੋਮੈਟਿਕ ਵਾਹ ਜੀ ਵਾਹ ਇਹ ਬੂਆ ਆਟੋਮੈਟਿਕ ਬੰਦ ਹੋਏਗਾ ਤੂੰ ਬੰਦ ਕਰੇਗਾ ਕਿੱਥੋਂ ਬੰਦ ਹੁੰਦਾ ਵੈਸੇ ਬਾਈ ਕਿੱਥੋਂ ਬੰਦ ਹੁੰਦਾ ਅੱਛਾ ਇੰਜ ਬੂਆ ਬੰਦ ਹੋ ਜਾਏਗਾ ਇਹਨੂੰ ਕਿਵੇਂ ਲੌਕ ਕਰੇਗਾ ਹੁਣ ਜਲਦੀ ਕਰ ਤਾਲਾ ਮਾਰ ਕਾਰ ਨੂੰ ਚਲੀਏ ਇਸ ਵਲੌਗ ਨੂੰ ਗਾਇਜ਼ ਅਟੈਂਡ ਕਰਨੇ ਆ ਵੀਡੀਓ ਕਰਨੇ ਯਾਰ ਤੁਹਾਨੂੰ ਮਜ਼ਾ ਆਏਗਾ ਪਿੱਛੇ ਕਰਨ ਆਏ ਅਗਰ ਤੁਹਾਨੂੰ ਮਜ਼ਾ ਆਏਗਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਵਾਲੇ ਆਇਕਨ ਪ੍ਰੈਸ ਕਰਕੇ ਨੀਚੇ ਪੈਰ ਤੱਕ ਕਮੈਂਟ ਕਰ ਦੇਣਾ ਮਿਲਾਂਗੇ ਆਪ ਲੋਗ ਕਿਸੇ ਅਗਲੇ ਵਲੌਗ ਮੈਂ ਕਿਸੇ ਅਗਲੀ ਵੀਡੀਓ ਮੈਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅੱਲਾ ਹਾਫਿਜ਼ ਗਾਇਜ਼